ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਤੁਸੀਂ ਵੇਖ ਰਹੇ ਹੋ ਜ਼ੀ ਪੰਜਾਬ ਹਰਿਆਣਾ ਹਿਮਾਚਲ ਤੇ ਤੁਹਾਡੇ ਨਾਲ ਮੈਂ ਅਮ੍ਰਿਤਾ ਗਰਗ ਹਾਸਨਾ ਲੈ ਕੇ ਖਬਰ ਪੰਜਾਬ ਦੀ। ਤੇ ਸ਼ੁਰੂਆਤ ਅੱਜ ਅਹਿਮ ਬੱਸਾਂ ਦੀ ਖਬਰ ਦੇ ਨਾਲ ਕਰਾਂਗੇ ਜੋ ਲੋਕਾਂ ਦੇ ਨਾਲ ਜਾ ਜੁੜਦੀ ਹੈ। ਧਿਆਨ ਰਹੇ ਕਿ ਅੱਜ ਬੱਸ ਸਟੈਂਡ ਬੰਦ ਰਹਿਣਗੇ ਕਿਉਂਕਿ ਪੰਜਾਬ ਰੋਡਵੇਜ਼ ਤੇ PRTC ਯੂਨੀਅਨ ਦਾ ਹੱਲਾ ਬੋਲ ਹੈ ਤੇ ਅੱਜ ਸੂਬਾ ਪੱਧਰੀ ਪ੍ਰਦਰਸ਼ਨ ਦੇ ਚੱਲਦਿਆਂ ਸਵੇਰੇ 10 ਵਜੇ ਤੋਂ 12 ਵਜੇ ਤੱਕ ਬੱਸ ਸਟੈਂਡ ਬੰਦ ਰਹਿਣਗੇ। ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਹੋਏਗਾ। ਇਸੇ ਤੇ ਵੱਖੋ ਵੱਖ ਥਾਵਾਂ ਦਾ ਹਾਲ ਵੀ ਜਾਣ ਲੈਂਦੇ ਹਾਂ। ਸਾਡੇ ਸਹਿਯੋਗੀ ਸਾਡੇ ਨਾਲ ਗਰਾਊਂਡ ਜ਼ੀਰੋ ਤੋਂ ਜੁੜ ਚੁੱਕੇ ਨੇ। ਨਵਦੀਪ ਸਾਡੇ ਨਾਲ ਮੋਗਾ ਤੋਂ ਜੁੜੇ ਹੋਏ ਨੇ ਤੇ ਪਟਿਆਲਾ ਤੋਂ ਸਾਡੇ ਨਾਲ ਬਲਿੰਦਰ ਜੁੜ ਚੁੱਕੇ ਨੇ। ਨਵਦੀਪ, ਕੀ ਹੈ ਇਸ ਵੇਲੇ ਸਥਿਤੀ ਤੁਹਾਡੇ ਵਾਲੇ ਪਾਸੇ? ਕਿਉਂਕਿ 10 ਵਜੇ ਤੋਂ ਦੱਸਿਆ ਜਾ ਰਿਹਾ ਹੈ ਕਿ 12 ਵਜੇ ਤੱਕ ਬੱਸ ਸਟੈਂਡ ਬੰਦ ਰਹਿਣਗੇ, ਆਮ ਲੋਕਾਂ ਤੱਕ ਇਹ ਖ਼ਬਰ ਪਹੁੰਚ ਗਈ ਹੈ? ਬਿਲਕੁਲ ਅਮ੍ਰਿਤਾ, ਦੇਖੋ ਅਕਾਲੀ ਜਿਹੜਾ ਹੈ ਇਹਨਾਂ ਵੱਲੋਂ ਇੱਕ ਪ੍ਰੈਸ ਨੋਟ ਜਿਹੜਾ ਜਾਰੀ ਕਰ ਦਿੱਤਾ ਗਿਆ ਸੀ। ਕੱਲ 10 ਤੋਂ ਲੈ ਕੇ 12 ਵਜੇ ਤੱਕ ਬੱਸਾਂ ਦੀ ਐਂਟਰੀ ਬੱਸ ਸਟੈਂਡ ਦੇ ਵਿੱਚ ਬੰਦ ਹੈ। ਲਗਾਤਾਰ ਕਈ ਮਹੀਨਿਆਂ ਤੋਂ ਇਹਨਾਂ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਕਿ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਕੱਚੇ ਮੁਲਾਜ਼ਮ ਜਿਹੜੇ ਆ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਵੀ ਤੇ ਹੋਰ ਵੀ ਕਈ ਮੰਗਾਂ ਨੇ, ਕੀ ਰਣਨੀਤੀ ਅਗਲੀ? ਅੱਜ ਬੱਸਾਂ ਵੀ ਬੰਦ ਰਹਿਣਗੀਆਂ ਜਾਂ ਇਕੱਲੇ ਬੱਸ ਸਟੈਂਡ? ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਵੀ ਦੱਸ ਦਿਓ। 10 ਤੋਂ 12 ਤੱਕ ਜੀ ਜਿਹੜਾ ਬੱਸ ਸਟੈਂਡ ਬੰਦ ਆ, ਨਾਲ ਉੱਥੇ ਜਿੱਥੇ ਵੀ ਪਨ ਬੱਸ ਦਾ ਕਰਮਚਾਰੀ ਆ, PRTC ਦਾ, ਦੋਨੇ ਟਰਾਂਸਪੋਰਟ ਦੇ ਜਿੱਥੇ ਵੀ ਕੰਮ ਆ ਕੋਈ ਜਾ ਰਿਹਾ, ਉੱਥੋਂ ਨਜ਼ਦੀਕ ਜਿਹੜਾ ਬੱਸ ਸਟੈਂਡ ਪੈਂਦਾ ਉੱਥੇ ਉਹ ਰੋਸ ਪ੍ਰਦਰਸ਼ਨ 2 ਘੰਟੇ ਕਰੂਗਾ। ਇਹ ਜਿਹੜਾ ਸਾਡੇ ਨਾਲ ਮੈਡਮ ਰਜ਼ੀਆ ਸੁਲਤਾਨਾ ਤੋਂ ਲੈ ਕਰਕੇ ਸਾਬਕਾ ਟਰਾਂਸਪੋਰਟ ਮਿਨਿਸਟਰ ਤੋਂ ਲੈ ਕਰਕੇ ਸਾਡੇ ਤੋਂ ਪ੍ਰਪੋਜ਼ਲ ਬਣਵਾ ਕੇ ਲਈ ਗਈ, 3-3 ਸਾਲ ਵਾਲੇ ਆਊਟਸੋਰਸਿੰਗ ਤੇ ਕੰਟਰੈਕਟ ਵਾਲੇ ਕਰਮਚਾਰੀ ਤੁਹਾਡੇ ਜਿਹੜੇ ਕੁਝ ਹੀ ਦਿਨਾਂ 'ਚ ਪਹਿਲੀ ਮੀਟਿੰਗ ਦੇ ਵਿੱਚ ਕੈਬਨਿਟ ਦੇ ਵਿੱਚ ਪੱਕੇ ਕੀਤੇ ਜਾਣਗੇ। ਇਹ ਸਾਨੂੰ ਰਜ਼ੀਆ ਸੁਲਤਾਨਾ ਨੇ ਵੀ ਕਿਹਾ, ਮੈਡਮ ਨੇ, ਟਰਾਂਸਪੋਰਟ ਮਿਨਿਸਟਰ ਨੇ, ਔਰ ਜਿਹੜੀ ਹੁਣ ਉਹੀ ਹੜਤਾਲ ਗਾਂ ਪੋਸਟਪੋਨ ਕਰਕੇ ਤੇ ਰਾਜਾ ਵੜੈਂਗਾ ਜਿਹੜਾ ਟਰਾਂਸਪੋਰਟ ਮਿਨਿਸਟਰ ਆ ਉਹਦੇ ਮੌਜੂਦਾ ਸ਼ਾਸਨ ਕਾਲ ਦੇ ਦੌਰਾਨ ਆਈ, ਉਹਨਾਂ ਨੇ ਵੀ ਇਹੀ ਭਰੋਸਾ ਦਿੱਤਾ ਕਿ ਅਸੀਂ ਤੁਹਾਨੂੰ ਪਹਿਲੀ ਕੈਬਨਿਟ ਮੀਟਿੰਗ, ਆਉਣ ਵਾਲੀ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਆ ਤੁਹਾਨੂੰ ਪਹਿਲ ਰੈਗੂਲਰ ਕਰ ਦਿੰਦੇ ਹਾਂ। ਪਰੰਤੂ ਉਹ ਮੀਟਿੰਗ ਆ ਜਿਹੜੀ ਉਹਦੇ ਵਿੱਚ ਕਿਤੇ ਤਾਂ ਇਹ ਦੱਸਿਆ ਜਾਂਦਾ ਕਿ ਇਹ ਮੀਟਿੰਗ ਹੋਈ ਨਹੀਂ, ਕਿਤੇ ਕਹਿ ਜਾਂਦੇ ਆ ਕਿ ਜਿਹੜਾ ਮੁੱਖ ਮੰਤਰੀ ਆ ਉਹਨੂੰ ਇਮੀਡੀਏਟਲੀ ਕਾਲ ਆਈ ਆ ਤੇ ਉਹ ਦਿੱਲੀ ਨੂੰ ਰਵਾਨਾ ਹੋ ਗਏ ਆ ਤੇ ਮੀਟਿੰਗ 5 ਮਿੰਟ ਦੀ ਹੋਈ। ਪਰੰਤੂ ਜਿਹੜਾ ਸਾਡਾ ਏਜੰਡਾ ਉਹਨੂੰ ਕਿਉਂ ਨਹੀਂ ਵਿਚਾਰਿਆ ਗਿਆ ਇਹਦੇ ਰੋਸ ਵਜੋਂ ਜਿਹੜੀ ਆਉਣ ਵਾਲੀ 7 ਤਰੀਕ ਆ? ਕੀਤੇ ਗਏ ਕਿ ਮੁਕੰਮਲ ਹੜਤਾਲ ਅਣਮਿੱਥੇ ਸਮੇਂ ਲਈ ਹੜਤਾਲ ਰਹੂਗੀ, ਹੁਣ ਕੋਈ ਏਦਾਂ ਦਾ ਫੈਸਲਾ ਲਿਆ ਗਿਆ ਕਮੇਟੀ ਵੱਲੋਂ? ਬਿਲਕੁਲ ਜੀ, 7 ਤਰੀਕ ਨੂੰ, ਆਉਣ ਵਾਲੀ 7 ਤਰੀਕ ਨੂੰ ਜਿਹੜੀ ਅਣਮਿੱਥੇ ਸਮੇਂ ਦੀ ਹੜਤਾਲ ਤੇ ਚਲੇ ਜਾਣਾ ਅਸੀਂ। ਡੋਰ ਟੂ ਡੋਰ ਕਹਿਰੇ ਕਹਿਰੇ ਕੱਲੇ ਕੱਲੇ ਵਰਕਰ ਦੀ ਹੈ ਜਿਹੜੀ ਅੰਦਰ ਆਤਮਾ ਦੀ ਆਵਾਜ਼ ਆ ਕਿ ਅਸੀਂ ਇਸ ਗੱਲ ਤੋਂ ਬਿਲਕੁਲ ਗਰੇਜ ਨਹੀਂ ਕਰਾਂਗੇ, 7 ਤਰੀਕ ਨੂੰ, ਆਉਣ ਵਾਲੀ 7 ਤਰੀਕ ਨੂੰ ਅਸੀਂ ਮੁਕੰਮਲ ਹੜਤਾਲ ਤੇ ਜਾਵਾਂਗੇ। ਸੋ ਬਿਲਕੁਲ ਅਮ੍ਰਿਤਾ, 7 ਤਰੀਕ ਨੂੰ ਮੁਕੰਮਲ ਹੜਤਾਲ ਤੇ PRTC ਤੇ ਪਨ ਬੱਸ ਦੇ ਠੇਕਾ ਮੁਲਾਜ਼ਮ ਨੇ ਅੱਜ ਬਿਲਕੁਲ 10 ਤੋਂ ਲੈ ਕੇ 12 ਵਜੇ ਤੱਕ ਬੱਸ ਸਟੈਂਡ ਜਿਹੜੇ ਆ ਬੰਦ ਰਹਿਣਗੇ। ਬੱਸਾਂ ਜਿਹੜੀਆਂ ਐਂਟਰੀਜ਼ ਬੱਸਾਂ ਦੀ ਜਿਹੜੀ ਆ ਬੱਸ ਸਟੈਂਡ ਦੇ ਵਿੱਚ ਨਹੀਂ ਹੋਊਗੀ। ਜੀ ਬਿਲਕੁਲ, ਪਟਿਆਲਾ ਦਾ ਵੀ ਹਾਲ ਜਾਣ ਲੈਂਦੇ ਆ। ਬਲਿੰਦਰ ਉੱਥੋਂ ਸਾਡੇ ਨਾਲ ਜੁੜੇ ਹੋਏ ਨੇ। ਬਲਿੰਦਰ, ਪਟਿਆਲਾ ਦੇ ਵਿੱਚ ਅਮੂਮਨ ਇਸੇ ਤਰ੍ਹਾਂ ਦੀ ਜੋ ਸਿਚੁਏਸ਼ਨ ਹੈ ਉਸਦਾ ਆਮ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ, ਅੱਜ ਦੀ ਸਥਿਤੀ ਕੀ ਹੈ? ਅਮਰਦਾ, ਸਭ ਤੋਂ ਪਹਿਲਾਂ ਮੈਂ ਪਟਿਆਲੇ ਦੇ ਬੱਸ ਸਟੈਂਡ ਦੀ ਤਸਵੀਰ ਦਿਖਾਉਣਾ ਚਾਹਾਂਗਾ ਕਿ ਚਹਿਲ ਪਹਿਲ ਪੂਰੀ ਜਿਹੜੀ ਹੈਗੀ ਆ ਲੱਗੀ ਹੋਈ ਆ। ਜਿਹੜੇ ਹੈਗੇ ਆ ਲੋਕ ਜਿਹੜੇ ਹੈਗੇ ਆ ਇੱਥੇ ਪਹੁੰਚ ਰਹੇ ਨੇ ਬੱਸ ਸਟੈਂਡ ਦੇ, ਲੇਕਿਨ 10-12 ਜਿਹੜਾ ਹੈਗਾ ਇੱਥੇ ਬੰਦ ਕੀਤਾ ਜਾਵੇਗਾ, ਕਿਉਂਕਿ ਪੰਜ ਬੱਸ ਅਤੇ ਜਿਹੜੇ ਪੈਪਸੂ ਰੋਡਵੇਜ਼ ਦੇ ਕੱਚੇ ਮੁਲਾਜ਼ਮ ਹੈ ਆਊਟਸੋਰਸਿੰਗ ਤੇ ਹੈ, ਉਹ ਲਗਾਤਾਰ ਧਰਨੇ ਪ੍ਰਦਰਸ਼ਨ ਕਰ ਰਹੇ ਹਨ। ਹਾਲਾਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦੇ ਸੀ ਤਾਂ ਉਸ ਵਕਤ ਰਜ਼ੀਆ ਸੁਲਤਾਨਾ ਜਿਹੜੇ ਟਰਾਂਸਪੋਰਟ ਮੰਤਰੀ ਹੁੰਦੇ ਸੀ ਉਹਨਾਂ ਨਾਲ ਮੀਟਿੰਗ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਚੰਨੀ ਮੁੱਖ ਮੰਤਰੀ ਬਣਦੇ ਉਹਨਾਂ ਨਾਲ ਮੀਟਿੰਗ ਕੀਤੀ ਜਾਂਦੀ ਹੈ, ਰਾਜਾ ਵੜਿੰਗ ਨਾਲ ਜਿਹੜੀ ਮੀਟਿੰਗ ਕੀਤੀ ਜਾਂਦੀ ਹੈ। ਮੀਟਿੰਗ ਤੇ ਮੀਟਿੰਗ ਹੁੰਦੀ ਹੈ, ਲੇਕਿਨ ਇਹਨਾਂ ਨੂੰ ਆਸ਼ਵਾਸਨ ਮਿਲਦਾ ਸਿਰਫ ਆਸ਼ਵਾਸਨ ਤੋਂ ਬਾਅਦ ਹੋਰ ਕੁਛ ਨਹੀਂ ਮਿਲਦਾ, ਤਾਂ ਮਜਬੂਰਨ ਜਿਹੜੇ ਇਹ ਆਊਟਸੋਰਸਿੰਗ ਤੇ ਕੱਚੇ ਮੁਲਾਜ਼ਮ ਹੈ ਇਹ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ 10-12 ਵਜੇ ਪਟਿਆਲਾ ਦਾ ਗੇਟ ਬੰਦ ਕਰਕੇ ਜਿਹੜਾ ਹੈਗਾ ਰੋਸ ਪ੍ਰਦਰਸ਼ਨ ਕਰਨਗੇ। ਮੇਰੇ ਨਾਲ ਜੋ ਪ੍ਰਧਾਨ ਵੀ ਮੌਜੂਦਾ ਗੱਲਬਾਤ ਕਰਾਂਗੇ। ਸਰ, ਕੀ ਲੱਗਦਾ ਅੜਿੱਕਾ ਕਿੱਥੇ ਪੈਂਦਾ? ਇੱਕਾ ਤਾਂ ਜੀ ਦੇਖੋ, ਸਾਡੀਆਂ ਮੀਟਿੰਗਾਂ ਰਜੀਆ ਸੁਲਤਾਨਾ ਜੀ ਨਾਲ, ਸੀਐਮ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਤੇ ਰਾਜਾ ਵੜਿੰਗ ਸਾਹਿਬ ਨਾਲ, ਸੀਐਮ ਚੰਨੀ ਨਾਲ ਤੇ ਆਪਣਾ ਨਵਜੋਤ ਸਿੰਘ ਜੀ ਨਾਲ ਤਕਰੀਬਨ ਸਾਡੀਆਂ 8-10 ਮੀਟਿੰਗਾਂ ਹੋ ਚੁੱਕੀਆਂ ਨੇ। ਪਰ ਸਾਨੂੰ ਭਰੋਸੇ ਮਿਲੇ ਆ, ਨਾਰੇ ਮਿਲੇ ਨੇ, ਮਨਸਾ ਨਹੀਂ ਹੈਗੀ ਸਰਕਾਰ ਦੀ, ਨਿਊਜ਼ ਪੇਪਰਾਂ ਚ ਆ ਗਿਆ 36,000 ਵਰਕਰ ਅਸੀਂ ਪੱਕਾ ਕਰਨਾ, ਪਰ ਇਹਨਾਂ ਨੇ ਕਾਰਪੋਰੇਸ਼ਨ ਦੇ ਬੋਰਡ ਆ ਜਿਹੜੇ ਤੇ ਉਹ ਵਿਭਾਗਾਂ ਚੋਂ ਅਲੱਗ ਕਰਦੇ, ਬਿਲਕੁਲ ਇਹਨਾਂ ਦੀ ਮਨਸਾ ਨਹੀਂ ਹੈਗੀ ਪੱਕੇ ਕਰਨ। ਕੀ ਲੱਗਦਾ ਹੈਗਾ ਹੁਣ ਅੱਜ ਦੇ ਇਸ ਧਰਨੇ ਪ੍ਰਦਰਸ਼ਨ ਤੋਂ ਬਾਅਦ ਸਰਕਾਰ ਨਾਲ ਕੋਈ ਲੱਗਦਾ ਹੈ ਤੁਹਾਡੀ ਜਿਹੜੀ ਮੰਗਾਂ ਪੂਰੀਆਂ ਹੋਣਗੀਆਂ ਜਾਂ ਕੋਈ ਹੋਰ ਅਗਲੀ ਰਣਨੀਤੀ ਬਣ ਤੈਅ ਕਰੋਗੇ? ਦੇਖੋ ਜੀ, ਅਸੀਂ ਤਾਂ 6 ਮਹੀਨਿਆਂ ਤੋਂ ਗਰਾਊਂਡ ਲੈਵਲ ਤੇ ਸੰਘਰਸ਼ ਕਰ ਰਹੇ ਹਾਂ ਜੀ, ਹੁਣ ਤੇ ਸੰਘਰਸ਼ ਸਾਡਾ ਜਾਰੀ ਰਹੇਗਾ।
ਸਰਕਾਰ ਮੰਨੂਗੀ ਤਾਂ ਵੀ ਠੀਕ ਆ, ਨਹੀਂ ਮੰਨੀ ਅਸੀਂ ਸੰਘਰਸ਼ ਜਿਹੜਾ ਹੋਰ ਅੱਗੇ ਤਿੱਖਾ ਕਰਾਂਗੇ। प्रदर्शन होना है 10 to 12 पूरी तैयारी चल रही है। फिलहाल कपूरथला बस स्टैंड तो बसा जा रही ने, लेकिन आने वाले समय के 10 बजे इस अड्डे मुकम्मल तौर पर बंद कर दिया जाएगा, गेट लगा दिए जाएंगे और कोई आवाजाही है उसनों रोक दिया जाएगा। साढ़े नाल जड़े इतों के यूनियन के लोग ने जिन्हें धरना प्रदर्शन करना है वो भी मौजूद ने, उन्होंने को गलबात जानते हैं किन्ने क मुलाजम ने जोड़े पंजाब के पक्के होने वाले ने और किस किस कैटागरी के ने और कदों तो तुम सरकार तो मांग कर रहे हो? ड्राइवर क्रैशर क्लर्क सारे 7500 बंदा करीब जिहड़ा सच्चा ही है बिल्कुल 2004 तो लैके सरकार ने कोई भी अज तक मुलाजम पक्का नहीं किया गया ते सरकार झूठे ला रहे हर वार की तरह। हुण भी कैबिनेट दे विच साडी मीटिंग होई सी 22 तरीक नूं, उहदे विच कहा सी कि पहली कैबिनेट मीटिंग दे विच तुहाडा हल कढ़िया जाएगा, पर सरकार ने अज तक कोई हल नहीं कढ़िया। जिस नूं वेखदे अज असीं 10 तों लैके 12 बजे तक 2 घंटे का बस स्टैंड बंद करन दा प्रोग्राम साडी कमेटी का सूबा आगुआं वल्लों होया, हुण असीं अगले 7 तरीक तों लैके अणमे दे समें वास्ते हड़ताल रख दित्ती गई है जिहदे विच कोई भी कच्चा बंदा बस नहीं चलाएगा। असी किन्ने टाइम तो लैके अपनियां मंगां लैके रोल रहे हैं पर थोड़ियां तनखावां ते गुजारा नहीं हुंदा पिया, इस करके असी रेगूलर होने की मंग है साडी मेन। तो सरकार जिहड़ियां बसां पाउण बारे भी कह रहे बस साणू अजे तक कोई भी बस नवी नहीं आई, जिहड़ा 36,000 मुलाजम दा सरकार कह रही है कि असी पक्का कीता उहदे विच साडा कोई भी मुलाजम 36,000 मुलाजमां दे विच नहीं आया ते साडा कोई भी स्टाफ अजे तक नहीं होया। इस तों इलावा कोई होर इदां दी मंग जिहड़ी तुहाडे स्टाफ नूं लैके होवे जिहनूं लैके तुसीं चिंतित होवो? पक्का होना तां इक है ही है, उस तो अलावा कोई इदा की पॉलिसी जो तुसी हटाना चाहते हो कि इनू कारपोरेशन चो हटाया जावे सरकार हटावे? एक तो ठेकेदारी सिस्टम बिल्कुल बंद होना चाहिए ते दूजा जिहड़ियां साडियां नजायज रिपोर्टां दीआं कंडीशनां ने उह सज़ा भी भुगत चुके आ बंदे, जिदां मन लो कह लो कि एक रिपोर्ट हो जाती उस तों बाद उहनूं सज़ा मिलती है ते उह भी भुगत चुका है ते फिर भी उहनूं दुबारा उहनूं लाया जांदा ड्यूटी तों ते उहदे नाल नजायज हो रहा, इह कंडीशनां बंद होणियां चाहीदियां। रिपोर्टां दीआं कंडीशनां ਉਹ ਅਜੇ ਤੱਕ ਬੰਦ ਨਹੀਂ ਹੋਈਆਂ, ਸਾਡੇ ਨਾਲ ਝੂਠੇ ਲਾਰੀ ਲੱਗਦੇ ਪਏ ਨੇ। ਤੁਹਾਡਾ ਧਰਨਾ ਪ੍ਰਦਰਸ਼ਨ ਜਾਇਜ਼ ਹੈ, ਲੇਕਿਨ ਇਸ ਦੌਰਾਨ ਜਿਹੜੇ ਆਮ ਲੋਕ ਕਿਤੇ ਨਾ ਕਿਤੇ ਪ੍ਰਭਾਵਿਤ ਹੋਣਗੇ, ਕਿਤੇ ਨਾ ਕਿਤੇ ਆਵਾਜਾਈ ਤੋਂ ਕਿਸੇ ਨੇ ਕਿਸੇ ਜ਼ਰੂਰੀ ਕੰਮ ਜਾਣਾ ਜਾਂ ਕੁਛ ਪਬਲਿਕ ਟਰਾਂਸਪੋਰਟ ਬੰਦ ਹੋ ਜਾਏਗੀ, ਤਾਂ ਕੀ ਉਹਨਾਂ ਲੋਕਾਂ ਲਈ ਵੀ ਕੋਈ ਹਮਦਰਦੀ ਰੱਖਦੇ? ਹਾਂਜੀ, ਸਾਡੇ ਅਸੀਂ ਤਾਂ ਹਮਦਰਦੀ ਰੱਖਦੇ ਹਾਂ ਕਿ ਜਿਹੜੇ ਸਬਰ ਕਰਦੇ ਆ ਸਾਡੇ ਭੈਣਾਂ ਭਰਾ ਨੇ, ਪਰ ਜਿਹੜੀ ਸਰਕਾਰ ਹੈ ਉਹ ਇਸ ਚੀਜ਼ ਦੀ ਜ਼ਿੰਮੇਵਾਰ ਹੈ, ਕਿਉਂਕਿ ਸਰਕਾਰ ਹੀ ਆਈ ਵਾਰ ਸਰਕਾਰ ਦੇ ਕਰਕੇ ਇਹ ਕੁਛ ਹੁੰਦਾ ਤੇ ਲੋਕ ਪਰੇਸ਼ਾਨ ਹੁੰਦੇ ਨੇ। ਜੇ ਸਰਕਾਰ ਸਾਡਾ ਮੰਗਾਂ ਮੰਨ ਲੈਂਦੀ ਹੈ ਤੇ ਅਸੀਂ ਆਪਣੀ ਡਿਊਟੀ ਨੂੰ ਵਧੀਆ ਤਰੀਕੇ ਨਾਲ ਨਿਭਾਵਾਂਗੇ ਤੇ ਅਸੀਂ ਵਧੀਆ ਤਰੀਕੇ ਨਾਲ ਕੰਮ ਕਰਾਂਗੇ, ਪਰ ਸਾਨੂੰ ਸਾਡੇ ਬਣਦੇ ਹੱਕ ਤਾਂ ਮਿਲਣੇ ਚਾਹੀਦੇ ਨੇ, ਪਰ ਸਰਕਾਰ ਸਾਨੂੰ ਸਾਡੇ ਬਣਦੇ ਹੱਕ ਨਹੀਂ ਦੇ ਰਹੀ। ਸਾਡੇ ਸਟਾਫ ਨੂੰ ਰੈਗੂਲਰ ਕੀਤਾ ਜਾਵੇ ਸਾਡੀ ਮੇਨ ਮੰਗ ਇਹੀ ਹੈ, ਤੇ ਜਿਹੜੀਆਂ ਇਹਨਾਂ ਨੇ ਫ੍ਰੀ ਸਹੂਲਤ ਦਿੱਤੀ ਹੈ ਲੇਡੀਜ਼ ਨੂੰ ਜਾਂ ਹੋਰ ਵੀ ਸਾਡੇ ਨਾਲ 18 ਕੈਟਾਗਰੀਆਂ ਫ੍ਰੀ ਸਫ਼ਰ ਕਰਦੀਆਂ ਨੇ, ਉਹਨਾਂ ਨੂੰ ਵਧੀਆ ਸਹੂਲਤ ਦੇਣ ਵਾਸਤੇ ਕਮ ਸੇ ਕਮ ਆਪਣੀ ਆਬਾਦੀ ਦੇ ਹਿਸਾਬ ਨਾਲ 10,000 ਦੇ ਕਰੀਬ ਬੱਸਾਂ ਪਾਈਆਂ ਜਾਣ, ਜਿਹਦੇ ਕਰਕੇ ਸਾਰੀ ਜਨਤਾ ਨੂੰ ਸਹੀ ਸਹੂਲਤ ਦੇ ਸਕਦੀ ਹੈ। ਸਾਡੀ ਵਧੀਆ ਤਰੀਕੇ ਨਾਲ ਅਸੀਂ ਡਿਊਟੀ ਕਰਾਂਗੇ, ਬੱਸਾਂ ਨੂੰ ਰੈਗੂਲਰ ਕੀਤਾ ਜਾਵੇ। ਸੋ ਤੁਸੀਂ ਸੁਣਿਆ ਹੈ ਕਿ ਇਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਉਹ ਲੋਕਾਂ ਨਾਲ ਹਮਦਰਦੀ ਰੱਖਦੇ ਨੇ, ਲੇਕਿਨ ਸਰਕਾਰ ਉਹਨਾਂ ਨਾਲ ਹਮਦਰਦੀ ਰੱਖੇ, ਉਹ ਕਹਿੰਦੇ ਨੇ ਉਹਨਾਂ ਨੂੰ ਹੱਕਾਂ ਦੀ ਮੰਗਾਂ ਦੀ ਜ਼ਰੂਰਤ ਹੈ। ਇਸ ਕਰਕੇ ਇੱਥੋਂ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਯੂਨੀਅਨ ਬੜੇ ਲੰਬੇ ਸਮੇਂ ਤੋਂ ਆਪਣੀ ਮੰਗਾਂ ਮਨਵਾਉਣ ਲਈ ਸਰਕਾਰ ਅੱਗੇ ਪ੍ਰਦਰਸ਼ਨ ਕਰ ਰਹੀ ਹੈ, ਲੇਕਿਨ ਆਉਣ ਵਾਲੇ ਸਮੇਂ ਜੇ ਸਰਕਾਰ ਇਹ ਮੰਗਾਂ ਨਹੀਂ ਮੰਨਦੀ ਤਾਂ ਇਸਦੇ ਜਿਹੜੇ ਨਤੀਜੇ ਨੇ ਆਮ ਲੋਕਾਂ ਨੂੰ ਭੁਗਤਣੇ ਪੈਣਗੇ ਔਰ ਸਰਕਾਰ ਨੂੰ ਇਹਨਾਂ ਦਾ ਹੱਲ
ਲੱਭਣਾ ਪਵੇਗਾ। ਕੁਲਵੀਰ ਵੀਰਾ ਦਾ ਰੁੱਖ ਕਰ ਲੈਂਦੇ ਹਾਂ, ਸਾਡੇ ਸਹਿਯੋਗੀ ਬਠਿੰਡਾ ਤੋਂ ਸਾਡੇ ਨਾਲ ਜੁੜ ਚੁੱਕੇ ਨੇ। ਕੁਲਵੀਰ, ਕੀ ਇਸ ਵੇਲੇ ਗਰਾਊਂਡ ਤੇ ਸਥਿਤੀ ਬਣੀ ਹੋਈ ਹੈ ਬਠਿੰਡਾ ਚ? ਕੁਲਵੀਰ ਤੱਕ ਆਵਾਜ਼ ਸ਼ਾਇਦ ਨਹੀਂ ਸਾਡੀ ਪਹੁੰਚ ਪਾ ਰਹੀ। ਕੁਲਵੀਰ, ਆਵਾਜ਼ ਆ ਰਹੀ? ਬਹਿਰਾਲ ਤਸਵੀਰਾਂ ਵੱਖੋ ਵੱਖ ਥਾਵਾਂ ਦੀਆਂ ਤੁਹਾਡੀ ਟੀਵੀ ਸਕਰੀਨ ਤੇ ਨੇ, ਜਿੱਥੇ ਅੱਜ ਯੂਨੀਅਨ ਵੱਲੋਂ ਸੂਬਾ ਪੱਧਰੀ ਪ੍ਰਦਰਸ਼ਨ ਕੀਤਾ ਜਾਣਾ ਹੈ। ਹਾਲਾਂਕਿ ਰੋਜ਼ਮਰਾ ਦੇ ਕੰਮਕਾਜ ਲਈ ਜਿਨ੍ਹਾਂ ਨੇ ਆਉਣਾ ਜਾਣਾ ਹੈ, ਦਫ਼ਤਰੀ ਕੰਮਕਾਜ ਲਈ ਜਿਨ੍ਹਾਂ ਨੇ ਆਉਣਾ ਜਾਣਾ ਹੈ, ਉਹ 10 ਵਜੇ ਤੋਂ ਪਹਿਲਾਂ ਪਹਿਲਾਂ ਬੱਸਾਂ ਜ਼ਰੂਰ ਬੱਸ ਅੱਡੇ ਤੋਂ ਲੈ ਸਕਦੇ ਨੇ। ਕੁਲਵੀਰ ਵੀਰਾ ਸਾਡੇ ਨਾਲ ਬਠਿੰਡਾ ਤੋਂ ਨੇ। ਕੁਲਵੀਰ, ਆਵਾਜ਼ ਆ ਪਾ ਰਹੀ ਹੈ ਤੁਹਾਨੂੰ? ਬਿਲਕੁਲ ਆ ਰਹੀ ਹੈ ਜੀ। ਕੁਲਵੀਰ, ਕੀ ਤਸਵੀਰ ਇਸ ਵੇਲੇ ਬਠਿੰਡਾ ਦੀ ਤੇ ਬਠਿੰਡਾ ਵਾਸੀਆਂ ਨੂੰ ਇਸ ਬਾਰੇ ਪੂਰੀ ਤਰ੍ਹਾਂ ਇਤਲਾਹ ਕਰ ਦਿੱਤਾ ਗਿਆ? ਬਿਲਕੁਲ, ਜੇ ਦੇਖਿਆ ਜਾਵੇ ਤਾਂ ਇਸ ਟਾਈਮ ਜਿਹੜਾ ਕਿ ਮੈਂ ਬਠਿੰਡਾ ਦੇ ਬੱਸ ਸਟੈਂਡ ਤੇ ਖੜਾ ਹੋਇਆ ਜੀ, ਬਠਿੰਡਾ ਦੀ ਸਥਿਤੀ ਹੈ ਕਿ 10 ਵਜੇ ਤੋਂ ਲੈ ਕੇ 12 ਵਜੇ ਤੱਕ ਜਿਹੜੇ ਠੇਕਾ ਮੁਲਾਜ਼ਮ ਨੇ ਉਹ ਇੱਥੇ ਹੜਤਾਲ ਤੇ ਨੇ। ਉਹਨਾਂ ਨੇ ਪਹਿਲਾਂ ਵੀ ਦੱਸ ਚੁੱਕੇ ਨੇ ਉਹ ਕਿ ਲੋਕਾਂ ਨੂੰ ਕਿ ਅਸੀਂ 10 ਵਜੇ ਤੋਂ 12 ਵਜੇ ਤੱਕ ਸਾਰਾ ਬੱਸ ਸਟੈਂਡ ਬੰਦ ਕਰਾਂਗੇ ਔਰ ਬੱਸਾਂ ਬੰਦ ਰਹਿਣਗੀਆਂ, ਜਿਸ ਕਰਕੇ ਕੁਛ ਜਿਹੜੀਆਂ ਬੱਸਾਂ ਉਹ ਬਾਹਰ ਵੀ ਬੱਸ ਸਟੈਂਡ ਤੋਂ ਨਿਕਲ ਚੁੱਕੀਆਂ ਤਾਂ ਕਿ ਲੋਕਾਂ ਨੂੰ ਪ੍ਰੋਬਲਮ ਨਾ ਆਵੇ। ਆਉਣ ਜਾਣ ਵਾਲੀਆਂ ਬੱਸਾਂ 'ਚ ਜਿਹੜਾ ਥੋੜ੍ਹੀ ਦਿੱਕਤ ਜ਼ਰੂਰ ਆਏਗੀ, ਲੇਕਿਨ ਉਹਨਾਂ ਨੇ ਕਿਤੇ ਨਾ ਕਿਤੇ ਪਹਿਲਾਂ ਹੀ ਇਹ ਕਹਿ ਚੁੱਕੇ ਹਨ, ਚਾਹੇ ਉਹ ਮੀਡੀਆ ਰਾਹੀਂ ਕਹਿ ਚੁੱਕੇ ਹਨ, ਚਾਹੇ ਉਹ ਮਤਲਬ ਉਹਨਾਂ ਨੇ ਉੱਥੇ ਪੋਸਟਰ ਵਗੈਰਾ ਵੀ ਲਾਏ ਨੇ ਕਿ ਵੀ ਅਸੀਂ ਇਸ ਤਰ੍ਹਾਂ ਕਰਕੇ ਜਿਹੜਾ ਹੜਤਾਲ 'ਤੇ ਰਹਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ।